ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਠ ਵੇ ਗਿਆਨੀ ਗਿਆਨ ਮੰਡਲੀ ਦੀ ਕੈਦ ਵਿੱਚ, ਵਲਵਲੀ ਦੀ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਭਾਈ ਵੀਰ ਸਿੰਘ ਜੀ ਦੀ ਇਹ ਨਜ਼ਮ ਰਹਿੰਦੀਆਂ ਖੁੰਦੀਆਂ ਸਾਨੂੰ ਬਹੁਤ ਉੱਚੇ ਤੱਕ ਰਹਿ ਜਾਂਦੀ। ਮਹਾਰਾਜ ਨੇ ਸਾਨੂੰ ਆਖਿਆ ਅਸੀਂ ਸਿੱਖ ਹਾਂ, ਐਨ ਸਿੱਖ ਇਜ਼ ਦਾ ਵਨ ਹੂ ਆਲਵੇਜ਼ ਕੀਪਸ ਔਨ ਲਰਨਿੰਗ ਵਿਦ ਦਿਸ ਪ੍ਰੋਜੈਕਟ ਕਾਲਡ ਐਜ਼ ਸਾਂਝ ਵਿਰਾਸਤ। ਅਸੀਂ ਆਪ ਜੀ ਦੇ ਹਜ਼ੂਰ ਕੁਝ ਕੁ ਸਮੇਂ ਬਾਅਦ ਇੱਕ ਨਾ ਇੱਕ ਕਿਤਾਬ, ਇੱਕ ਨਾ ਇੱਕ ਇਤਿਹਾਸਿਕ ਸਰੋਤ ਲੈ ਕੇ ਆਵਾਂਗੇ, ਵਿਚ ਇਜ਼ ਗੋਇੰਗ ਟੂ ਹੈਲਪ ਯੂ ਆਰ ਟੂ ਗਰੋ ਐਂਡ ਇਨਹੈਂਸ ਯੂਰ ਪਰਸਨਲ ਜੀਵਨ। ਸਮਾਜ ਕਿਰਪਾ, ਦਿਸ ਟਾਈਮ ਵੀ ਆਰ ਹੇਅਰ ਵਿਦ ਦਿਸ ਬੁੱਕ ਕਾਲਡ ਇਜ਼ ਲੰਮੀ ਨਦਰ। ਲੈਟ ਮੀ ਇੰਟਰੋਡਿਊਸ ਦਿਸ ਬੁੱਕ ਟੂ ਯੂ। ਇਹ ਬੁੱਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਿੱਕੇ ਭਰਾ ਡਾਕਟਰ ਭਾਈ ਬਲਬੀਰ ਸਿੰਘ ਜੀ ਦੀ ਰਚਨਾ ਹੈ। ਡਾਕਟਰ ਭਾਈ ਬਲਬੀਰ ਸਿੰਘ ਜੀ ਨੇ ਆਪਣੇ ਭਰਾਤਾ ਭਾਈ ਵੀਰ ਸਿੰਘ ਜੀ ਦੀ ਤਰ੍ਹਾਂ ਹੀ ਉਹਨਾਂ ਦੀ ਵਰਗੀਆਂ ਡੂੰਘੀਆਂ ਕਿਤਾਬਾਂ, ਡੂੰਘੀ ਵਿਚਾਰਧਾਰਾ ਦੀਆਂ ਕਿਤਾਬਾਂ, ਪਰ ਉਹਨਾਂ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਅੱਜ ਦੇ ਵਿਗਿਆਨਕ ਅਤੇ ਮਾਡਰਨ ਯੁੱਗ ਦੇ ਅਨੁਸਾਰ ਢਾਲਣ ਦੇ ਵਾਸਤੇ ਉੱਦਾਂ ਦੇ ਉਦਾਹਰਣ ਲੈ ਕੇ ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਬਹੁਤ ਹੀ ਇੱਕ ਸਲੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਐਂਡ ਭਾਈ ਬਲਬੀਰ ਸਿੰਘ ਜੀ ਦਾ ਆਪਣਾ ਇੱਕ ਇਸ ਤਰ੍ਹਾਂ ਦਾ, ਉਹਨਾਂ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਉਹਦਾ ਸਿੱਖ ਜਗਤ ਦੇ ਵਿੱਚ ਕਹਿ ਲਈਏ, ਸਿੱਖ ਇਤਿਹਾਸ ਵਿੱਚ ਕਹਿ ਲਈਏ, ਸਿੱਖ ਲਿਟਰੇਚਰ ਦੇ ਇਤਿਹਾਸ ਵਿੱਚ ਕਹਿ ਲਈਏ, ਇੱਕ ਆਪਣਾ ਇੱਕ ਸਥਾਨ ਹੈ। ਐਂਡ ਦਿਸ ਬੁੱਕ, ਲੈਟ ਮੀ ਇੰਟਰੋਡਿਊਸ ਦਿਸ ਦਿਸ ਬੁੱਕ basically contains a lot of basic beliefs, basic siddhant jehde sikhi de ne unhan nu bahut hi ik ugge dhang naal Dr. Bhai Balbir Singh ji ne is kitab vich likhya। This book starts with the basic concept of the relationship of a guru and a sikh। So basically ye kitab shuru hundi Guru Nanak Dev Maharaj te Bhai Mardana ji de jeevan te, ਅਤੇ ਉਹਦੇ ਵਿੱਚ ਡਾਕਟਰ ਭਾਈ ਬਲਬੀਰ ਸਿੰਘ ਜੀ ਲਿਖਦੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼ਬਦ ਨੇ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਰਬਾਬ ਨੇ। ਸ਼ਬਦ ਆਪਣੇ ਆਪ ਵਿੱਚ ਸੰਪੂਰਨ ਹੈ, ਪਰ ਉਹ ਰਬਾਬ ਜਦੋਂ ਉਹ ਸ਼ਬਦ ਨਾਲ ਮਿਲ ਜਾਂਦੀ ਹੈ ਤਾਂ ਉਹਦਾ ਆਨੰਦ ਵੱਖਰਾ ਹੀ ਹੈ। ਸੋ ਅ ਸਿੱਖ ਕੰਪਲੀਮੈਂਟ ਦ ਗੁਰੂ ਐਂਡ ਦ ਗੁਰੂ ਆਲਵੇਜ਼ ਪ੍ਰੋਟੈਕਟਸ ਅ ਸਿੱਖ। ਸੋ ਇੱਥੇ ਇਸ ਕਿਤਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਸੰਗ ਨੇ ਵਿਚ ਵਿਲ ਹੈਲਪ ਯੂ ਐਂਡ ਟੂ ਗੋ ਇਨ ਦ ਵਿਸਮਾਦ ਅਵਸਥੈਂਡ ਯੂ ਰਿਅਲਾਈਜ਼ ਦੈਟ ਦੇਰ ਇਜ਼ ਸਮਥਿੰਗ ਬਿਯੋਂਡ ਮਾਈ ਅੰਡਰਸਟੈਂਡਿੰਗ, ਦੇਰ ਇਜ਼ ਸਮਥਿੰਗ ਬਿਯੋਂਡ ਦ ਗਿਆਨ, ਦ ਸੰਸਾਰੀ ਅਧਿਆਤਮਿਕ ਗਿਆਨ ਦੈਟ ਆਈ ਹੈਵ, ਐਂਡ ਦੇਰ ਇਜ਼ ਸਮਥਿੰਗ ਇਨ ਦਿਸ ਬੁੱਕ ਵਿਚ ਫੋਰਸਿਸ ਯੂ ਟੂ ਗੋ ਐਂਡ ਸਿਟ ਆਊਟ ਐਂਡ ਡੂ ਭਗਤੀ, ਹੈ ਨਾ। ਸੋ ਅਲਟੀਮੇਟਲੀ ਦੈਟ ਇਜ਼ ਅਵਰ ਗੋਲ। ਸੋ ਇਸ ਬੁੱਕ ਦੇ ਵਿੱਚ ਇੱਕ ਬਹੁਤ ਇੱਕ ਇੰਟਰਸਟਿੰਗ ਜਿਹਾ ਪ੍ਰਸੰਗ ਹੈ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਦਾ। ਇਸ ਬੁੱਕ ਦੇ ਵਿੱਚ ਭਾਈ ਸਾਹਿਬ ਜੀ ਨੇ ਇੱਕ ਲਿਖਿਆ ਬਾਬਾ ਰਕਤ ਦੇਵ ਦਾ ਪ੍ਰਸੰਗ। ਸੋ ਉਹਦੇ ਵਿੱਚ ਡਾਕਟਰ ਭਾਈ ਬਲਬੀਰ ਸਿੰਘ ਜੀ ਟਾਕਸ ਅਬਾਊਟ ਦੇਰ ਇਜ਼ ਵਨ ਯੋਗੀ ਸਾਧੂ, ਥਰੂ ਮੈਡੀਟੇਸ਼ਨ ਹੀ ਗਾ ਸਮਰਿੱਧੀਆਂ ਸਿੱਧੀਆਂ, ਅਤੇ ਉਹ ਬੈਠ ਕੇ ਉਹਨਾਂ ਨੂੰ ਇਹ ਵਰਦਾਨ ਮਿਲਿਆ ਕਿ ਜੋ ਵੀ ਬਿਮਾਰ ਉਹਨਾਂ ਕੋਲ ਆਵੇਗਾ, ਜੇ ਉਹਨਾਂ ਨੂੰ ਆਪਣੀ ਰਕਤ ਦੀ, ਆਪਣੀ ਬਲੱਡ ਦੀ ਇੱਕ ਡਰੋਪ ਦੇ ਦੇਣ, ਤਾਂ ਉਹ ਜਿਹੜਾ ਰੋਗ ਮੁਕਤ ਹੋ ਜਾਏਗਾ। ਸੋ ਲਾਈਕ ਦੈਟ ਲੋਟ ਆਫ ਪੀਪਲ ਸਟਾਰਟਡ ਕਮਿੰਗ ਇਨ, ਉਹਨਾਂ ਦੀ ਬੜੀ ਸੋਭਾ ਹੋ ਗਈ, ਅਤੇ ਇਸ ਤਰ੍ਹਾਂ ਉਹਨਾਂ ਨੇ ਦਇਆ ਵਿੱਚ ਆ ਕੇ ਇੱਕ ਬੂੰਦ ਦਿੱਤੀ, ਫਿਰ ਹੌਲੀ ਹੌਲੀ ਹੋਰ ਲੋਕ ਆ ਗਏ, ਉਹਨਾਂ ਨੂੰ ਇੱਕ ਇੱਕ ਬੂੰਦ ਕੱਢ ਕੇ ਦਿੱਤੀ। ਐਂਡ ਲਾਈਕ ਦੈਟ ਲੋਟ ਆਫ ਪੀਪਲ ਸਟਾਰਟਡ ਕਮਿੰਗ ਇਨ, ਐਂਡ ਉਹਨਾਂ ਦੇ ਇੱਕ ਬਾਂਹ ਵਿੱਚੋਂ ਖੂਨ ਜਿਹੜਾ ਸੀਗਾ ਉਹ ਸੁੱਕ ਗਿਆ, ਦੂਜੀ ਬਾਂਹ 'ਚੋਂ ਕੱਢਣਾ ਸ਼ੁਰੂ ਕਰ ਦਿੱਤਾ ਲਾਈਕ ਦਾ। ਐਂਡ ਐਟ ਵਨ ਪੁਆਇੰਟ ਆਫ ਟਾਈਮ ਬਾਬਾ ਰਕਤਦੇਵ ਸਟੋਪ ਡੂਇੰਗ ਆਲ ਦਿਸ ਵਰਕ ਇਨ ਸੈਟ ਕਿ ਲਾਈਕ ਦਾ ਆਈ ਐਮ ਗੋਇੰਗ ਟੂ ਡਾਈ, ਮੈਂ ਇੱਦਾਂ ਮਰ ਜਾਣਾ ਆ, ਸੋ ਮੈਂ ਹੁਣ ਕਿਸੇ ਦੀ ਸੇਵਾ ਨਹੀਂ ਕਰਨੀ। ਸੋ ਲੋਕ ਜਿਹੜੇ ਬਾਹਰ ਖੜ੍ਹੇ ਸੀ ਦੇ ਸੈਟ, ਨਹੀਂ ਬਾਬਾ ਜੀ ਸਾਨੂੰ ਇੱਕ ਬੂੰਦ ਦੇ ਦਿਓ, ਸਾਡਾ ਇਲਾਜ ਹੋ ਜਾਏ, ਅਸੀਂ ਰੋਗ ਮੁਕਤ ਹੋ ਜਾਈਏ। ਦੇ ਦਿਨ ਖੈਰ ਅਬਾਊਟ ਵਟ ਇਜ਼ ਹੈਪਨਿੰਗ ਟੂ ਬਾਬਾ ਰਕਤਦੇਵ, ਬਟ ਦੇ ਵਰ ਓਨਲੀ ਬੋਦਰਡ ਅਬਾਊਟ their own selfish motive, their own problems that they have in life. So they started coming in, the Baba Rakhdev said no to them. So in anger, those all people
ਦੇ ਡਿਮੋਲਿਸ਼ ਦਾ ਹਾਊਸ ਆ ਬਾਬਾ ਰਕਤੇਵ, ਉਹਨਾਂ ਨੂੰ ਘਰੋਂ ਬਾਹਰ ਕੱਢਿਆ, ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਦਾ ਖੂਨ ਲਿਆ ਕੇ ਉਹਨਾਂ ਨੇ ਉਹਦੇ ਤੋਂ ਆਪਣੇ ਆਪ ਨੂੰ ਅਰੋਗ ਕੀਤਾ। ਬਟ ਦਿਸ ਹੋਲ ਸਟੋਰੀ ਵਿੱਚ ਡਾਕਟਰ ਭਾਈ ਬਲਬੀਰ ਸਿੰਘ ਜੀ ਪੁੱਟਸ ਇਨ ਦਿਸ ਬੁੱਕ ਟੂ ਮੇਕ ਇਟ ਰਿਅਲਾਈਜ਼ ਦੈਟ ਫੋਰ ਵਟ ਰੀਜ਼ਨ ਵੀ ਐਕਚੁਲੀ ਗੋ ਟੂ ਭਗਤ ਜਨ, ਫੋਰ ਵਟ ਰੀਜ਼ਨ ਵੀ ਐਕਚੁਲੀ ਗੋ ਟੂ ਗੁਰਮੁਖ ਪਿਆਰੇ, ਟੂ ਗੁਰੂ ਸਾਹਿਬ ਜੀ, ਟੂ ਗੁਰਦੁਆਰਾ। ਦ ਓਨਲੀ ਰੀਜ਼ਨ ਦੈਟ ਵੀ ਹੈਵ ਇਜ਼ ਅਵਰ ਓਨ ਸੈਲਫਿਸ਼ ਮੋਟਿਵ, ਵੀ ਜਸਟ ਵਾਂਟ ਟੂ ਫੁਲਫਿਲ ਅਵਰ ਓਨ ਸਟਮਕ, ਐਂਡ ਦੈਟ ਇਜ਼ ਦ ਓਨਲੀ ਪ੍ਰਾਈਮਰੀ ਰੀਜ਼ਨ ਦੈਟ ਵੀ ਗੋ ਟੂ ਗੁਰਦੁਆਰਾ ਐਂਡ ਵੀ ਡੂ ਭਗਤੀ। ਸੋ ਇੱਥੇ ਭਾਈ ਸਾਹਿਬ ਜੀ ਇਜ਼ ਟਰਾਈਂਗ ਟੂ ਸ਼ੋਅ ਅਸ ਅ ਮਿਰਰ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਅਸ। ਸੋ ਇੱਥੇ ਇਨ ਦਿਸ ਬੁੱਕ ਦੇਰ ਇਜ਼ ਅਨਦਰ ਪ੍ਰਸੰਗ ਵੇਅਰ ਭਾਈ ਸਾਹਿਬ ਜੀ ਟਾਕਸ ਅਬਾਊਟ ਦ ਅਵਸਥਾਵਾਂ ਆਫ ਅ ਗੁਰਸਿੱਖ, ਹੈ ਨਾ, ਜਿਹਨੂੰ ਮਾਰਜ ਬਾਣੀ 'ਚ ਕਹਿੰਦੇ ਜਾਗਰਤ ਅਵਸਥਾ, ਸੁਪਨ ਅਵਸਥਾ, ਸੁਖੋਪਤੀ। ਸੋ ਆਲ ਦੀਜ਼ ਡਿਫਰੈਂਟ ਟਾਈਪਸ ਆਫ ਅਵਸਥਾਵਾਂ ਦੈਟ ਗੁਰਸਿੱਖ ਗੋਜ਼ ਔਨ ਥਰੂ ਹਿਜ਼ ਲਾਈਫ। ਸੋ ਇੱਥੇ ਦੇਰ ਇਨ ਦੈਟ ਪ੍ਰਸੰਗ ਦੇਰ ਇਜ਼ ਵਨ ਗਰਲ, ਇਨ ਦੈਟ ਪ੍ਰਸੰਗ ਦੈਟ ਗਰਲ ਗੋਜ਼ ਟੂ ਵਨ ਸਲੀਪ ਵਨ ਡਰੀਮ, ਅਤੇ ਉਸ ਸੁਪਨੇ ਵਿੱਚੋਂ ਦੂਜੇ ਸੁਪਨੇ ਵਿੱਚ ਜਾਂਦੀ ਹੈ, ਫਿਰ ਉਸ ਸੁਪਨੇ 'ਚੋਂ ਦੂਜੇ ਸੁਪਨੇ ਵਿੱਚ ਜਾਂਦੀ ਹੈ, ਐਂਡ ਇਨ ਆਲ ਦੀਜ਼ ਡਰੀਮਸ ਉਹਨਾਂ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਆ, ਕਿੱਦਾਂ ਉਹ ਇੱਕ ਸੁਪਨੇ 'ਚੋਂ ਦੂਜੇ ਸੁਪਨੇ 'ਚੋਂ ਬਾਹਰ ਆਉਂਦੀ ਹੈ, ਉਹਨਾਂ ਰਿਐਲਿਟੀ ਨੂੰ ਕਿਵੇਂ ਐਨਾਲਾਈਜ਼ ਕਰਦੀ ਹੈ, ਉਹ ਸਾਰੀ ਸਟੋਰੀ ਇਟਸ ਵੈਰੀ ਇੰਟਰਸਟਿੰਗ ਟੂ ਰੀਡ ਇਨ ਦਿਸ ਬੁੱਕ। ਟੂਵਰਡਸ ਐਂਡ ਆਫ ਦਿਸ ਬੁੱਕ ਭਾਈ ਬਲਬੀਰ ਸਿੰਘ ਜੀ ਟਾਕਸ ਅਬਾਊਟ ਵਟ ਡਜ਼ ਸ਼ਬਦ ਮੀਨ ਟੂ ਯੂ, ਵਟ ਡਜ਼ ਅ ਗੁਰਸਿੱਖ, ਹਾਓ ਅ ਗੁਰਸਿੱਖ ਅੰਡਰਸਟੈਂਡਸ ਦ ਸ਼ਬਦ, ਵੈਦਰ ਦ ਸ਼ਬਦ ਇਜ਼ ਇਨ ਲੈਟਰਸ, ਵੈਦਰ ਸ਼ਬਦ ਇਜ਼ ਅ ਵਾਈਬ੍ਰੇਸ਼ਨ, ਆਲ ਦੀਜ਼ ਥਿੰਗਸ ਡਾਕਟਰ ਭਾਈ ਬਲਬੀਰ ਸਿੰਘ ਜੀ ਟ੍ਰਾਈ ਐਂਡ ਟਾਕ ਇਨ ਦਿਸ ਬੁੱਕ। ਸੋ ਮਾਈ ਬੇਨਤੀ ਟੂ ਆਲ ਸੰਗਤ ਆਊਟ ਦੇਅਰ ਦੈਟ ਡੂ ਰੀਡ ਦਿਸ ਬੁੱਕ। ਦਿਸ ਬੁੱਕ ਇਜ਼ ਕਾਲਡ ਲੰਮੀ ਨਦਰ ਬਾਈ ਡਾਕਟਰ ਭਾਈ ਬਲਬੀਰ ਸਿੰਘ ਜੀ। ਵਟ ਆਈ ਵਿਲ ਡੂ ਇਜ਼ ਦਿਸ ਬੁੱਕ ਇਜ਼ ਅਵੇਲੇਬਲ ਔਨ ਐਮਾਜ਼ੋਨ। ਇਹ ਤਕਰੀਬਨ ਇਸ ਬੁੱਕ ਦੀ ਭੇਟਾ ਇਟਸ ਅਰਾਊਂਡ 93 rupees, ਇਟਸ ਵੈਰੀ ਚੀਪ ਬੁੱਕ, ਬਟ ਇਟਸ ਵੈਰੀ ਵੈਰੀ ਅਮੇਜ਼ਿੰਗ ਬੁੱਕ। ਅਤੇ ਇਹ ਆਪ ਜੀ ਨੂੰ ਐਮਾਜ਼ੋਨ 'ਤੇ ਮਿਲ ਜਾਏਗੀ। ਆਈ ਟਰਾਈ ਟੂ ਪੁੱਟ ਔਨ ਦ ਲਿੰਕ, ਐਮਾਜ਼ੋਨ ਲਿੰਕ ਇਜ਼ ਵੈਲ। ਜੇ ਤੁਸੀਂ ਇਸ ਬੁੱਕ ਨੂੰ ਕੁਰੀਅਰ ਕਰਾਉਣਾ ਚਾਹੁੰਦੇ ਹੋ ਆਪਣੇ ਕੋਲ, ਅਤੇ ਡੂ DM ਮੀ, ਪ੍ਰੋਬੇਬਲੀ ਵਿਲ ਟਰਾਈ ਐਂਡ ਫਿਕਸ ਦਾ, ਵਿਲ ਟਰਾਈ ਐਂਡ ਗੈਟ ਇਟ ਕੁਰੀਅਰ ਫੋਰ ਯੂ। ਜੇ ਆਪ ਜੀ ਨੂੰ ਇਹਦੀ PDF ਚਾਹੀਦੀ ਹੋਏਗੀ, ਦੈਨ ਡੂ ਲੈਟ ਅਸ ਨੋ, ਵਿਲ ਟਰਾਈ ਟੂ ਪੁੱਟ ਔਨ ਲਿੰਕ ਆਊਟ ਦੈਟ, ਸੋ ਦੈਟ ਇਟ ਹੈਲਪਸ ਯੂ ਆਰ। ਬਟ ਮਾਈ ਬੇਨਤੀ ਟੂ ਆਲ ਸੰਗਤ ਐਂਡ ਥਰੂ ਦਿਸ ਪ੍ਰੋਜੈਕਟ that please start reading your own literature, because if we don't read our literature, it's very very unfortunate that these Bahumulli literature is not going to get printed, and this is very very unfortunate. We cannot even bear the circumstances which are going to lead us in the age of darkness again. So kitabaan gyan hundi hain, gyan prakash hunda hai, so us prakash vichon ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨਾ, ਬਿਨ ਤੇਲ ਦੀਵਾ ਕਿਉਂ ਜਲੇ, ਨਾ, ਸੋ ਇਫ ਦੇਰ ਇਜ਼ ਨੋਟ ਗੋਇੰਗ ਟੂ ਗੈਟ ਤੇਲ ਇਨਸਾਈਡ ਦ ਦੀਵਾ, ਦੇਰ ਇਜ਼ ਨੋਟ ਗੋਇੰਗ ਟੂ ਗੈਟ ਪ੍ਰਕਾਸ਼ ਆਊਟ ਦੈਟ। ਸੋ ਉਹ ਤੇਲ ਵੀ ਗੋਇੰਗ ਟੂ ਪੁੱਟ ਆਊਟ ਥਰੂ ਰੀਡਿੰਗ, ਥਰੂ ਲਿਸਨਿੰਗ ਐਂਡ ਥਰੂ ਅੰਡਰਸਟੈਂਡਿੰਗ। ਸੋ ਮਹਾਰਾਜ ਕਿਰਪਾ, ਡੂ ਸਪੋਰਟ ਦਿਸ ਇਨੀਸ਼ੀਏਟਿਵ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।